ਚੰਡੀਗੜ੍ਹ ਤੋਂ ਆਈ ਖੇਤੀਬਾੜੀ ਵਿਭਾਗ ਦੀ ਟੀਮ ਨੇ ਬਠਿੰਡਾ ਦੇ ਗਰੋਥ ਸੈਂਟਰ ਵਿਖੇ ਇੱਕ ਖਾਦ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਅਚਾਨਕ ਛਾਪੇਮਾਰੀ ਕੀਤੀ ਅਤੇ ਵੱਡੀ ਮਾਤਰਾ ਦੇ ਵਿੱਚ ਗੈਰ ਮਿਆਰੀ ਖਾਦ ਬਰਾਮਦ ਕੀਤੀ ਹੈ। ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਉਹਨਾਂ ਦੀ ਰੁਟੀਨ ਚੈਕਿੰਗ ਸੀ ਅਤੇ ਰੁਟੀਨ ਚੈਕਿੰਗ ਦੇ ਦੌਰਾਨ ਉਹਨਾਂ ਨੂੰ ਉਕਤ ਫੈਕਟਰੀ ਦੇ ਵਿੱਚ ਗੈਰ ਮਿਆਰੀ ਖਾਦ ਬਰਾਮਦ ਹੋਈ ਜੋ ਕਿ ਨਿਯਮਾਂ ਮੁਤਾਬਿਕ ਸਹੀ ਨਹੀਂ ਹੈ, ਜਿਸ ਦੇ ਚਲਦੇ ਫੈਕਟਰੀ ਮਾਲਕਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਕਤ ਗੈਰ ਮਿਆਰੀ ਖਾਦ ਦੀ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ ਜੋ ਕਿ ਬਣਦੀ ਕਾਰਵਾਈ ਦੇ ਅੱਗੇ ਕੀਤੀ ਜਾਵੇਗੀ। ਮੈਂ ਗੁਰਜੀਤ ਸਿੰਘ ਬਰਾੜ, ਸੰਯੁਕਤ ਡਾਇਰੈਕਟਰ ਖੇਤੀਬਾੜੀ ਇਨਪੁੱਟਸ, ਮੈਂ ਚੰਡੀਗੜ੍ਹੋਂ ਆਇਆ। ਅਸੀਂ ਇੱਥੇ ਇੱਕ ਰੂਟੀਨ ਚੈੱਕਅਪ ਜਿਵੇਂ ਸੀਜ਼ਨ ਦੇ ਸ਼ੁਰੂ ਦੇ ਵਿੱਚ ਕੀਤਾ ਜਾਂਦਾ, ਉਸੇ ਤਰ੍ਹਾਂ ਇੱਥੋਂ ਫੈਕਟਰੀਆਂ ਦੀ ਚੈਕਿੰਗ ਕਰ ਰਹੇ ਸੀਗੇ। ਤਾਂ ਇੱਥੇ ਸਾਨੂੰ ਪਤਾ ਲੱਗਿਆ ਵੀ ਜਿਹੜਾ ਗੈਰ ਮਿਆਰੀ ਦਵਾਈਆਂ ਹੈਗੀਆਂ, ਖਾਦਾਂ ਹੈਗੀਆਂ, ਉਹ ਇੱਥੇ ਬਣਾਈਆਂ ਜਾ ਰਹੀਆਂ ਸੀ। ਅਸੀਂ ਆ ਕੇ ਇਹ ਦੇਖਿਆ ਤਾਂ ਇੱਥੇ ਕੋਈ ਵੀ, ਹਾਲਾਂਕਿ ਇਹ ਆਪ ਮੈਨੂਫੈਕਚਰ ਕਰਕੇ ਇਹਨਾਂ ਕੋਲ ਲਾਇਸੈਂਸ ਲਿਆ ਹੋਇਆ ਵੀ ਅਸੀਂ ਖੁਦ ਮੈਨੂਫੈਕਚਰ ਕਰ ਰਹੇ ਹਾਂ, ਪਰ ਅਸੀਂ ਆ ਕੇ ਜਦੋਂ ਫੈਕਟਰੀ ਦੇ ਹਾਲਾਤ ਦੇਖੇ, ਇੱਥੇ ਮੈਨੂਫੈਕਚਰਿੰਗ ਦਾ ਕੋਈ ਵੀ ਸਾਜੋ ਸਮਾਨ ਅਵੇਲੇਬਲ ਹੈ ਨਹੀਂ ਸੀ, ਪਰ ਇਹਨਾਂ ਨੇ ਕੁਛ ਰਾ ਮਟੀਰੀਅਲ ਅਤੇ ਕੁਛ ਇੱਥੇ ਚਿੱਟੇ ਰੰਗ ਦਾ ਪਾਊਡਰ ਆ ਉਹਨੂੰ ਭਰ ਭਰ ਕੇ ਜਿਹੜਾ ਹੈਗਾ ਬੈਗਾਂ ਦੇ ਵਿੱਚ ਪਾਈ ਜਾ ਰਹੇ ਸੀ। ਅਤੇ ਉਹ ਹੁਣ ਉਹਨੂੰ ਚੈੱਕ ਕਰਕੇ ਪਤਾ ਲੱਗੂਗਾ ਵੀ ਉਹ ਕੀ ਚੀਜ਼ ਹੈ ਜਾਂ ਕਿਸ ਤਰ੍ਹਾਂ ਭਰਿਆ ਜਾ ਰਿਹਾ। ਪਰ ਮੁੱਢਲਾ ਵੇਖਣ ਦੇ ਵਿੱਚ ਇਹ ਲੱਗ ਰਿਹਾ ਵੀ ਇਹ ਜਿਹੜਾ ਮਟੀਰੀਅਲ ਭਰਿਆ ਜਾ ਰਿਹਾ ਉਹ ਗੈਰ ਮਿਆਰੀ ਮਟੀਰੀਅਲ ਹੈ। ਮਾਲ ਜੇ ਆਪਾਂ ਹਜੇ ਤੱਕ ਉਹਦੀ ਗਿਣਤੀ ਤਾਂ ਚੱਲ ਰਹੀ ਹੈ, ਸਾਡੀਆਂ ਟੀਮਾਂ ਆ ਗਈਆਂ, ਉਹ ਲੱਗੀਆਂ ਹੋਈਆਂ, ਪਰ ਇਹ ਜਿਹੜਾ ਹੈਗਾ ਲੱਖਾਂ ਰੁਪਈਆਂ ਦਾ ਮਾਲ ਹੈ। ਘੱਟੋ ਘੱਟ ਜੇ ਆਪਾਂ ਕੁਆਂਟਿਟੀ ਗਿਣੀਏ ਤਾਂ 100 ਟਨ ਦੇ ਆਸ ਪਾਸ ਜਿਹੜਾ ਕੁੱਲ ਮਟੀਰੀਅਲ ਇੱਥੇ ਪਿਆ ਹੈਗਾ। ਨਹੀਂ, ਉਹ ਬਿਲਕੁਲ ਜਿਹੜਾ ਸਾਡੇ ਐਕਟ ਦੇ ਅਨੁਸਾਰ ਖਾਦਾਂ ਦੇ ਕਾਨੂੰਨ ਮੁਤਾਬਕ ਜਿੱਥੇ ਰੱਖਿਆ ਜਾਣਾ ਚਾਹੀਦਾ ਉਹ ਸਹੀ ਨਹੀਂ ਹੈ। ਨਾ ਹੀ ਇੱਥੇ ਜਿਵੇਂ ਹੁਣ ਤੁਸੀਂ ਖੜੇ ਆਪ ਹੀ ਦੇਖ ਰਹੇ ਹੋ, ਇੱਥੇ ਤਾਂ ਟੈਂਪਰੇਚਰ ਹੈ ਜਿਹੜਾ ਉਹ 40 ਡਿਗਰੀ ਤੋਂ ਉੱਤੇ ਹੋਣਾ, ਪਰ ਵਿੱਚ ਹੀ ਇਹਦੇ ਬਾਇਓ ਖਾਦਾਂ ਪਈਆਂ ਜਿਨ੍ਹਾਂ ਦੇ ਵਿੱਚ ਜੀਵਾਣੂ ਹੁੰਦਾ, ਉਹ ਜਿਉਂਦੇ ਜਿਹੜੇ ਜੀਵ ਉਹਦੇ ਵਿੱਚ ਹੁੰਦੇ ਆ ਉਹ ਇਸ ਟੈਂਪਰੇਚਰ ਦੇ ਵਿੱਚ ਜਿਉਂਦੇ ਨਹੀਂ ਰੱਖ ਸਕਦੇ। ਉਹਨੂੰ ਰੂਮ ਟੈਂਪਰੇਚਰ 24-25 ਡਿਗਰੀ ਦੇ ਵਿੱਚ ਭਰਿਆ ਜਾਣਾ ਚਾਹੀਦਾ ਜੀ। ਉਹਦੇ 'ਤੇ ਜਿੰਨੀ ਵੀ ਕਾਰਵਾਈ ਹੈਗੀ ਆ ਉਹ ਅਸੀਂ ਇੱਕ ਵਾਰੀ ਇਹਨਾਂ ਤੋਂ ਹੁਣ ਬੁਲਾਏ ਹੋਏ ਆ, ਇਹਨਾਂ ਦੇ ਜਿਹੜੇ ਕਾਗਜ਼ ਪੱਤਰ ਆ ਉਹ ਚੈੱਕ ਕਰ ਰਹੇ ਹਾਂ। ਜਿੱਥੇ ਵੀ ਕੋਈ ਕਮੀ ਹੋਈ, ਜੇ ਪੁਲਿਸ ਕੇਸ ਹੋਇਆ ਤਾਂ ਅਸੀਂ ਹੁਣੇ ਪੁਲਿਸ ਨੂੰ ਬੁਲਾ ਕੇ ਇਹਨਾਂ 'ਤੇ ਜਿਹੜਾ ਪਰਚਾ ਦਰਜ ਕਰਵਾਵਾਂਗੇ। ਜੇ ਉਹਦੇ ਵਿੱਚ ਅੱਗੇ ਜੋ ਧਾਰਾ ਹੋਣਗੀਆਂ ਅਸੀਂ ਸੈਂਪਲਿੰਗ ਡਰਾ ਕਰਾਂਗੇ, ਸੈਂਪਲ ਟੈਸਟ ਹੋਣਗੇ, ਉਦੋਂ ਬਾਅਦ ਜਿਹੜਾ ਹੈਗਾ ਉਹ ਧਾਰਾ ਉਸ ਹਿਸਾਬ ਨਾਲ ਜੋੜੀਆਂ ਜਾਣਗੀਆਂ।